ਉਹ ਚੰਨੀ ਨੂੰ ਤਾਂ ਤੁਸੀਂ ਯਾਰ ਉਹ ਤਾਂ ਨਾ ਹੀ ਨਾ ਲਓ ਵੀਰ ਬਣ ਕੇ ਉਹਦਾ ਤਾਂ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ 3 ਮਹੀਨੇ ਕੀ ਕਰ ਗਿਆ ਇਹਦੇ ਵਿੱਚ ਟੈਂਡਰ ਦੇ ਵਿੱਚ 1,33,00,000 ਰੁਪਇਆ ਕੱਲੇ ਸਾਡੇ ਫੂਲ ਟਾਊਨ ਤੇ ਲੱਗਿਆ ਦਿਖਾਇਆ ਵੈ ਤੇ 1,33,00,000 ਰੁਪਇਆ ਸਾਨੂੰ ਆ ਕੇ ਦਿਖਾ ਦੇਣ ਕਾਂਗੜ ਸਾਹਿਬ ਦਿਖਾ ਦੇਣ ਜਿਹੜੇ ਕਾਂਗਰਸੀ ਨਾਲ ਤੁਰੇ ਫਿਰਦੇ ਉਹਨਾਂ ਦੇ ਉਹ ਦਿਖਾ ਦੇਣ ਇਹਨੂੰ ਜਿਹੜਾ ਪੱਤਰਕਾਰ ਨੂੰ ਜਿਹੜਾ ਹੈਗਾ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਅੱਜ ਇਹਨਾਂ ਨੂੰ ਸਵਾਲ ਪੁੱਛਣ ਤੋਂ ਰੋਕਿਆ ਜਾ ਰਿਹਾ ਜੀ ਸਾਨੂੰ ਜਿਹੜੇ ਅਸੀਂ ਸਾਨੂੰ ਤਾਂ ਸਵਾਲ ਪੁੱਛਾਂਗੇ ਸਾਨੂੰ ਤਾਂ ਇਹ ਚੱਕ ਚੱਕ ਕਿਉਂ ਜ਼ਿਲ੍ਹਾ ਛੱਡ ਦੇਣਗੇ ਜਦੋਂ ਇੱਕ ਪੱਤਰਕਾਰ ਨੂੰ ਸਵਾਲ ਪੁੱਛਣ ਤੋਂ ਇਹ ਰੋਕਦੇ ਆ ਸਾਨੂੰ ਕਿੱਥੋਂ ਸਵਾਲ ਪੁੱਛਣ ਦੇ ਦੇਣਗੇ ਬਿਆਲੀ ਪਿੰਡਾਂ 'ਚ ਕਿਹਦੇ ਕਿਹਦੇ ਜਾ ਕੇ ਤੁਸੀਂ ਕਿਹਦੇ ਕਿਹਦੇ ਫੋਨ ਫੜੋਗੇ ਹਾਰ ਤਾਂ ਤੁਹਾਡਾ ਬਿਆਲੀ ਪਿੰਡਾਂ 'ਚ ਹੀ ਇਹ ਹੋਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਜਗਸੀਰ ਭੁੱਲਰ ਅਸੀਂ ਪਹੁੰਚੇ ਹਾਂ ਅੱਜ ਫੂਲ ਇੱਕ ਪੱਤਰਕਾਰ ਨਾਲ ਧੱਕਾ ਹੋਇਆ ਇੱਥੋਂ ਦਾ ਕੈਬਨਿਟ ਮੰਤਰੀ MLA ਗੁਰਪ੍ਰੀਤ ਕਾਂਗੜ ਵੱਲੋਂ ਮੋਬਾਈਲ ਖੋਇਆ ਗਿਆ ਕੀ ਨਾਮ ਆ ਬਈ ਆਪਣਾ ਮੈਂ ਦਲਜੀਤ ਸਿੰਘ ਜੀ ਕੀ ਹੁਣ ਕੀ ਕਾਰਵਾਈ ਕਰੀਏ ਤੇ ਅਸੀਂ ਜੀ ਪਹਿਲਾਂ ਤਾਂ ਅੱਜ ਦੁਪਹਿਰੇ 2 ਦੇ ਕਰੀਬ ਜਿਹੜੇ ਕੈਬਨਿਟ ਮੰਤਰੀ ਹੈ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਏ ਸੀਗੇ ਅਤੇ ਸਥਾਨ ਕਿਹੜੇ ਵਾਸੀ ਉੱਥੋਂ ਦੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸਣ ਦੇ ਵਾਸਤੇ ਅਤੇ ਉਹਨਾਂ ਦੇ ਅੱਗੇ ਹੋ ਗਏ ਉਹ ਅਤੇ ਉਹ ਜਦੋਂ ਦੇਖਣ ਲੱਗ ਗਏ ਮੈਂ ਕਵਰੇਜ ਕਰ ਰਿਹਾ ਸੀ ਕਿਉਂਕਿ ਮੈਂ ਅਧਿਕਾਰ ਹੈ ਜੀ ਉਹ ਕਹਿੰਦੇ ਤੁਸੀਂ ਕਵਰੇਜ ਕਰ ਨਹੀਂ ਸਕਦੇ ਮੈਂ ਵੀਡੀਓ ਬਣਾਈ ਉਹ ਮਤਲਬ ਕਹਿੰਦੇ ਤੁਸੀਂ ਡਿਲੀਟ ਕਰੋ ਮੈਂ ਡਿਲੀਟ ਨਹੀਂ ਕਰਦਾ ਜੀ ਅਤੇ ਉਸ ਤੋਂ ਬਾਅਦ ਉਹ ਜਿਹੜੇ ਉਹਨਾਂ ਦੇ ਸਿਕਿਉਰਟੀ ਗਾਰਡ ਸੀਗੇ ਜੀ ਉਹਨਾਂ ਨੇ ਮੈਥੋਂ ਫੋਨ ਜ਼ਬਰਦਸਤੀ ਖੋਲਿਆ ਅਤੇ ਮਤਲਬ ਕਿ ਅਸੀਂ ਵਾਰ ਵਾਰ ਮੰਗਿਆ ਵੀ ਜਿਹੜੇ ਕੈਬਨਿਟ ਸਾਬਕਾ ਕੈਬਨਿਟ ਮਿਨਿਸਟਰ ਕਹਿੰਦਾ ਵੀ ਮੈਂ ਨਹੀਂ ਤੁਹਾਨੂੰ ਫੋਨ ਦਿੰਦਾ ਵਾਪਸ ਕਰਦਾ ਮੈਂ ਤਾਂ ਫਿਰ ਦੇਖੂੰਗਾ ਅਤੇ ਮੈਂ ਤੈਨੂੰ ਥਾਣੇ 'ਚ ਹੀ ਫੋਨ ਦੂੰਗਾ ਹਾਂਜੀ ਹਾਂ ਹਾਂ ਹੁਣ ਕੀ ਤੁਸੀਂ ਕੀ ਕਾਰਵਾਈ ਕਰੀਏ ਅਸੀਂ ਜੀ ਹੁਣ ਇੱਥੇ ਕੰਪਲੇਂਟ ਦਿੱਤੀ ਆ ਥਾਣਾ ਫੂਲ ਦੇ ਵਿੱਚ SO ਸਾਹਿਬ ਹੈ ਨਹੀਂ ਸੀਗੇ ਉਹ 4 ਵਜੇ ਆਉਣਗੇ ਅਤੇ ਅਸੀਂ ਦਰਖਾਸਤ ਲਿਖ ਕੇ ਦੇਤੀ ਜੀ ਸਾਡੇ ਨਾਲ ਪਿੰਡ ਵਾਸੀ ਆ ਇਹਨਾਂ ਨੂੰ ਪੁੱਛਦੇ ਹਾਂ ਕੀ ਗੱਲਬਾਤ ਹੋਈ ਆ ਬਈ ਕੀ ਨਾਮ ਆਪਣਾ ਰਾਣਾ ਦਾ ਬੁੱਟਾ ਜੀ ਕੀ ਗੱਲਬਾਤ ਹੋਈ ਆ ਇੱਥੇ ਗੱਲਬਾਤ ਆ ਜੀ ਅਸੀਂ ਇਹ ਮੌਕਾ ਰਖਾ ਰਹੇ ਸੀ ਬੀਜੀ ਦਾ ਜੀ ਹਾਂਜੀ ਹਾਂਜੀ ਇੱਥੇ ਕਾਂਗੜ ਸਾਹਿਬ ਪਹਿਲਾਂ ਇੱਧਰ ਕਿਸੇ ਦੇ ਆਏ ਸੀਗੇ ਜੀ ਉੱਥੋਂ ਆ ਕੇ ਜਿੱਥੇ ਗੱਡੀ ਖੜਾ ਲਈ ਜੀ ਅਤੇ ਇੱਥੋਂ ਉਹਨੂੰ ਮੌਕਾ ਰਖਾਇਆ ਜਾ ਗਲੀ ਦਾ ਜੀ ਹਾਂਜੀ ਇਹਦੇ ਪਾਣੀ ਦਾ ਬੜਾ ਨਿਕਾਸ ਸੀਗਾ ਜੀ ਇੱਧਰ ਇਹ ਗੰਦ ਪਿਆ ਗਲੀ 'ਚ ਜੀ ਵੀ ਸਾਡੇ ਇੱਥੇ ਆ ਤੁਹਾਡੇ ਜਿਹੜੇ ਜਿੰਨੇ ਬੰਦੇ ਆ ਜੀ ਇਹਨਾਂ ਨੇ ਕਿਸੇ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਜੀ ਅਸੀਂ ਇਹ ਗੱਲ ਕਹੀ ਸੀ ਜੀ ਉਹਨੂੰ ਉਸ ਤੋਂ ਬਾਅਦ ਜੀ ਉਹਨਾਂ ਨੇ ਇਹ ਬਾਈ ਬਣਾਉਣ ਲੱਗ ਗਿਆ ਵਾਲੀ ਵੀਡੀਓ ਜੀ ਅਤੇ ਉਹ ਕਹਿੰਦੇ ਵੀ ਤੂੰ ਵੀਡੀਓ ਨਾ ਬਣਾ ਜੀ ਅਤੇ ਉਹ ਕਹਿੰਦੇ ਜਦੋਂ ਵੀਡੀਓ ਨਾ ਬਣਾ ਜੀ ਉਹ ਕਹਿੰਦੇ ਇਹਨੂੰ ਕਹਿੰਦੇ ਮੋਬਾਈਲ ਖੋਲਿਆ ਨੇ ਇਹ ਤੋਂ ਇਹਨੂੰ ਕਹਿੰਦੇ ਸਾਨੂੰ ਮੋਬਾਈਲ ਫੜਾ ਸਾਡਾ ਇਹਨਾਂ ਨੇ ਵੀ ਮੋਬਾਈਲ ਫੜਾਇਆ ਨੇ ਧੱਕੇ ਇਹਨਾਂ ਨੇ ਮੋਬਾਈਲ ਖੋਲਿਆ ਜੀ ਉਹ ਜਿਹੜਾ ਉਹਨਾਂ ਨੇ ਕਾਂਗੜ ਦੇ ਨਾਲ ਸਿਕਿਉਰਟੀ ਗਾਰਡ ਕਰਨ ਮੈਨੇ ਜੀ ਕੀ ਨਾਮ ਆ ਬਾਈ ਜੀ ਆਪਣਾ ਅਵਤਾਰ ਸਿੰਘ ਕੀ ਹੋਇਆ ਇੱਥੇ ਜਿਹੜਾ ਬਾਕਾ ਹੋਇਆ ਕਾਂਗਰਸ ਸਾਹਿਬ ਦਾ ਕਹਿੰਦੇ ਸੀ ਹਲਕੇ ਦਾ ਵਿਕਾਸ ਬਹੁਤ ਕਰਿਆ ਵਿਕਾਸ ਤੁਹਾਨੂੰ ਦਿਖਾ ਦਿੰਦੇ ਆ ਐਂ ਬੋਲਣ ਨਾਲ ਤਾਂ ਪਤਾ ਗੱਲ ਕੀ ਹੈ ਇਹ ਗੱਲ ਕੁਛ ਹੋਰ ਹੈ ਤਾਂ ਹੁਣ ਆਪਾਂ ਇਕੱਠ 'ਚ ਖੜੇ ਹਾਂ ਵਿਕਾਸ ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਇਕੱਲੀ ਇਕੱਲੀ ਚੀਜ਼ ਜਾ ਕੇ ਵੀ ਕੀ ਕਰਿਆ ਉਹਨੇ ਫਿਰ ਉਹ ਪਤਾ ਲੱਗੂ ਉਹ ਚੰਨੀ ਨੂੰ ਤਾਂ ਤੁਸੀਂ ਯਾਰ ਉਹ ਤਾਂ ਨਾ ਹੀ ਨਾ ਲਓ ਵੀਰ ਬਣ ਕੇ ਉਹਦਾ ਤਾਂ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ 3 ਮਹੀਨੇ ਕੀ ਕਰ ਗਿਆ ਹੈ ਇਹ ਤੁਸੀਂ ਕਿਵੇਂ ਦੇਖਦੇ ਹੋ ਵੀ ਇੱਕ ਪਾਸੇ ਮੀਡੀਆ ਨੂੰ ਦੁਨੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਨਹੀਂ ਮੀਡੀਆ ਬਹੁਤ ਵਧੀਆ ਠੀਕ ਹੈ ਜਿਹੜਾ ਲੋਕਾਂ ਦੀ ਸਾਡੀ ਆਵਾਜ਼ ਚੱਕ ਕੇ ਗਾਂਹ ਜਾਂਦੀ ਹੈ ਪਹੁੰਚਾਉਂਦਾ ਪਰ ਮੈਂ ਇਹ ਕਹਿਣਾ ਵੀ ਵਿਕਾਸ ਆ ਜਿਹੜਾ ਉਹ ਤੈਨੂੰ ਮੈਂ ਹੁਣ ਦਿਖਾ ਦਿੰਦਾ ਜਾ ਕੇ ਸਾਰਾ ਤੁਹਾਨੂੰ ਪੂਰਾ ਪੂਰਾ ਦਿਖਾ ਦਿੰਦਾ ਇੱਥੇ ਤੈਨੂੰ ਮੈਂ ਬਹੁਤ ਦਿਖਾ ਦਿੰਦਾ ਸਾਰੇ ਪਿੰਡ ਦੀ ਤਾਂ ਦੂਰ ਦੀ ਗੱਲ ਹੈ ਇੱਕ ਵਾਰਡ ਨੰਬਰ ਦੇ ਵਿੱਚ ਹੀ ਤੁਹਾਨੂੰ ਮੈਂ ਇੱਥੋਂ ਹੀ ਤੁਹਾਨੂੰ ਸਾਰੀ ਆਹ ਦੇਖ ਲਓ ਆਹ ਪਹਿਲੀ ਤਾਂ ਇੱਥੇ ਸੱਪੜਦਾ ਫਿਰ ਉਹ ਆ ਗਿਆ ਸ਼ਮਸ਼ਾਨ ਘਾਟ ਵਾਲਾ ਸ਼ਮਸ਼ਾਨ ਘਾਟ ਤੋਂ ਤਲੋ ਆ ਗਿਆ ਆਪਣਾ ਸਕੂਲ ਵਾਲਾ ਸਕੂਲ ਦੇ ਪਹਿਲੇ ਪਾਸੇ ਫਿਰ ਆ ਗਿਆ ਬਾਜ਼ਾਰ ਵਾਲਾ ਕਿਲੇ ਵਾਲੀ ਸੜਕ ਆ ਗਈ ਉਹ ਸਾਰੀ ਧੁਰ ਤੋਂ ਧੁਰ ਜਿਹੜੀ ਉਹ ਜਾ ਕੇ ਆਪਦੇ ਉਹ ਤਾਂ ਮੂੰਹੋਂ ਹੀ ਦੱਸੀ ਜਾਂਦੀ ਹੈ ਠੀਕ ਹੈ ਉਦੋਂ ਮੁੜ ਕੇ ਆ ਗਿਆ ਆਪਣਾ ਚੋਟੀਆਂ ਵਾਲਾ ਸੜਕ ਆ ਗਈ ਜਿਹੜੀ ਸਾਰੀ ਉਹ ਸਰ ਕਿੰਨੇ ਕਿੰਨੇ ਕੁ ਦਿਖਾਵਾਂ ਬਾਕੀ ਮੈਂ ਤਾਂ ਥੋੜ੍ਹੇ ਦਿਨ ਹੋ ਗਏ ਤੇ ਵੀਡੀਓ ਪਾਈ ਸੀਗੀ ਇੱਕ ਜਿਹੜਾ ਹੁਣ ਤੂੰ ਵਿਕਾਸ ਤੇ ਚਲੋ ਗੱਲ ਹੁਣ ਚੁੱਲ ਪਈ ਵੀ ਆਹ ਜਿਹੜੇ ਰਾਹ ਪੱਕੇ ਕੀਤੇ ਇਹਨਾਂ ਨੇ ਇੱਕ ਤਾਂ 1.25 ਨੰਬਰ ਇੱਟ ਹੁੰਦੀ ਆ 2 ਨੰਬਰ 3 ਨੰਬਰ ਆਪਾਂ 4 ਨੰਬਰ ਕਹਿ ਦਿੰਦੇ ਹਾਂ 420 ਹੈ ਇੱਟ ਤੁਸੀਂ ਉਹਦੇ ਵੀਡੀਓ ਪਾਈ ਸੀ ਹਾਂ ਮੈਂ ਪਾਈ ਸੀ ਉਹ ਵੀਡੀਓ ਜਾ ਕੇ ਸਾਰੇ ਦੇਖ ਲਓ ਜਾ ਕੇ ਇੱਟਾਂ ਮੈਂ ਉਹ ਘਰਾਂ ਵਾਲਿਆਂ ਨਾਲ ਪਿੰਡਾਂ ਆਪਣਾ ਜਿਹੜੇ ਕੋਠਿਆਂ ਵਾਲੇ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਇਹ ਕੀ ਕਰਾਈ ਜਾਂਦੇ ਹੋ ਹਨਾ ਉਹ ਕਹਿੰਦੇ ਵੀ ਯਾਰ ਕੋਈ ਗੱਲ ਨਹੀਂ ਜਿਹੜੀ ਲੱਗਦੀ ਆ ਲੱਗ ਲੈਣ ਦੇ ਵੀ ਸਾਡਾ ਚੱਲ ਇਹਨੇ ਨਾ ਜਾ ਰਾਹ ਦਾ ਬਣ ਜੂ ਵੀ ਹਾਂ ਸਾਡਾ ਪੱਕਿਆਂ 'ਚ ਆਉਂਦਾ ਅਤੇ ਮੈਂ ਯਾਰ ਇਹ ਤਾਂ ਨਾ ਤੁਸੀਂ ਇਹੋ ਜਿਹਾ ਤਾਂ ਕੰਮ ਨਾ ਕਰੋ ਪਰ ਨਹੀਂ ਫਿਰ ਉਹ ਕਹਿੰਦੇ ਅੱਛਾ ਇੱਕ ਮੈਨੂੰ ਬੀਬੀਆਂ ਨੇ ਮਾਈਆਂ ਨੇ ਉੱਥੇ ਬੜੀ ਵਧੀਆ ਗੱਲ ਕਹੀ ਕਹਿੰਦੇ ਪੁੱਤ ਕਹਿੰਦੇ ਇਹ ਜਿਹੜੀਆਂ ਇੱਟਾਂ ਲੱਗ ਰਹੀਆਂ ਕਹਿੰਦੇ ਜੇ ਇਹ ਇੱਟਾਂ ਨਾ ਲੱਗਦੀਆਂ ਤਾਂ ਪਤਾ ਨਹੀਂ ਇਹਨੂੰ 5-7 ਵੋਟਾਂ ਪੈ ਜਾਂਦੀਆਂ ਕਹਿੰਦੇ ਪੁੱਤ ਨਾਲੇ ਤਾਂ ਚੱਲ ਹੁਣ ਇੱਟਾਂ ਤਾਂ ਲਾਉਂਦਾ ਪਰ ਜਿਹੜੀਆਂ 5-7 ਵੋਟਾਂ ਸੀ ਕਹਿੰਦੇ ਹੁਣ ਇਹਨੂੰ ਇਹ ਵੀ ਨਹੀਂ ਪੈਂਦੀਆਂ ਮੰਨੇ ਕੇ ਵਾਲੇ ਰਾਹ 'ਤੇ ਮੰਨੇ ਕੇ ਵਾਲਾ ਰਾਹ ਵੱਜਦਾ ਹੁਣ ਇਲੈਕਟਿਵ ਪ੍ਰੂਫ ਦਿੰਦੇ ਬਾਈ ਇੱਕ ਮਿੰਟ ਆਹ ਦੇਖੋ ਤੁਸੀਂ ਆਹ ਬਾਈ ਜੀ ਟੈਂਡਰ ਹੈ ਮਿਊਂਸੀਪਲ ਕਮੇਟੀ ਰਾਮਪੁਰਾ ਫੂਲ ਦਾ ਜੀ 21-9 ਦਾ ਟੈਂਡਰ ਹੈ ਇਹ
21 ਦਾ ਟੈਂਡਰ ਹੈ 120 ਦਿਨਾਂ ਦੇ ਵਿੱਚ ਟਾਈਮ ਲਿਮਟ ਹੈ 120 ਦਿਨਾਂ ਦੇ ਵਿੱਚ ਕੰਮ ਹੈ ਜਿਹੜਾ ਖਤਮ ਕਰਨਾ ਹੈ ਅੱਜ ਇਹਨੂੰ ਟੈਂਡਰ ਨੂੰ 1 ਮਿੰਟ ਆ ਦੇਖੋ ਜੀ ਇਹਨੂੰ ਟੈਂਡਰ ਨੂੰ ਹੋਏ ਨੂੰ ਅੱਜ 130 ਦਿਨ ਹੋ ਗਏ ਇਹਦੇ ਵਿੱਚ ਟੈਂਡਰ ਦੇ ਵਿੱਚ 1,33,00,000 ਰੁਪਇਆ ਕੱਲੇ ਸਾਡੇ ਫੂਲ ਟਾਊਨ ਤੇ ਲੱਗਿਆ ਦਿਖਾਇਆ ਵਾ ਤੇ 1,33,00,000 ਰੁਪਇਆ ਸਾਨੂੰ ਆ ਕੇ ਦਿਖਾ ਦੇਣ ਕਾਂਗੜ ਸਾਹਿਬ ਦਿਖਾ ਦੇਣ ਜਿਹੜੇ ਕਾਂਗਰਸੀ ਨਾਲ ਤੁਰੇ ਫਿਰਦੇ ਉਹਨਾਂ ਦੇ ਉਹ ਦਿਖਾ ਦੇਣ ਨਹੀਂ ਬਾਈ ਜਦੋਂ ਹਲਕੇ ਦਾ ਕੰਮ ਨਹੀਂ ਹੋਇਆ ਨਾ ਲੋਕਾਂ ਨੇ ਸਵਾਲ ਤਾਂ ਪੁੱਛਨੇ ਆ ਜਿਹੜਾ ਧੱਕਾ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਧੱਕਾ ਦੇਖੋ ਜੀ ਜਿਹੜਾ ਹੈਗਾ ਇਹਨੂੰ ਜਿਹੜਾ ਪੱਤਰਕਾਰ ਨੂੰ ਜਿਹੜਾ ਹੈਗਾ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਅੱਜ ਇਹਨਾਂ ਨੂੰ ਸਵਾਲ ਪੁੱਛਣ ਤੋਂ ਰੋਕਿਆ ਜਾ ਰਿਹਾ ਜੀ ਸਾਨੂੰ ਜਿਹੜੇ ਅਸੀਂ ਇਹ ਸਾਨੂੰ ਤਾਂ ਸਵਾਲ ਪੁੱਛਾਂਗੇ ਸਾਨੂੰ ਤਾਂ ਇਹ ਚੱਕ ਚੱਕ ਕਿਉਂ ਜ਼ਿਲ੍ਹਾ ਛੱਡ ਦੇਣਗੇ ਜਦੋਂ ਇੱਕ ਪੱਤਰਕਾਰ ਨੂੰ ਸਵਾਲ ਪੁੱਛਣ ਤੋਂ ਇਹ ਰੋਕਦੇ ਆ ਸਾਨੂੰ ਕਿੱਥੋਂ ਸਵਾਲ ਪੁੱਛਣ ਦੇ ਦੇਣਗੇ ਆ ਦੇਖੋ ਜੀ ਇਹ ਕੋਈ ਐ ਨਹੀਂ ਹੈ ਲਿਖਤੀ ਇਹ ਟੈਂਡਰ ਹੈ ਮਿਊਨਿਸਪਲ ਕਮੇਟੀ ਦਾ ਟੈਂਡਰ ਹੈ ਜੀ ਇਹ 21-9 ਦਾ ਟੈਂਡਰ ਹੈ ਇਹ 21-9 ਦਾ ਟੈਂਡਰ ਹੈ 120 ਦਿਨਾਂ ਦੀ ਇਹਦੇ ਵਿੱਚ ਟਾਈਮ ਲਿਮਟ ਦਿੱਤੀ ਹੋਈ ਹੈ 130 ਦਿਨ ਹੋ ਗਏ 130 ਦਿਨ ਹੋ ਗਏ ਸਾਰੇ ਪੈਸੇ ਦੇ ਤੇ ਚੈੱਕ ਕੱਟ ਕੇ ਦੇਤੇ ਜੀ ਪੈਸਾ 1 ਰੁਪਿਆ ਨਹੀਂ ਲੱਗਿਆ ਜੀ 1,33,00,000 ਰੁਪਇਆ ਮੈਨੂੰ ਦੱਸੋ ਆਪਣੇ ਪਿੰਡ ਦੇ ਕਿਤੇ ਲੱਗਿਆ ਦੀਂਦਾ ਕਿਸੇ ਨੂੰ ਵੀ ਦੇਖੋ ਜੀ 1 ਮਿੰਟ ਵੀਰੇ ਚਲੋ 1 ਮਿੰਟ ਇਹਦਾ ਤਾਂ ਹਨਾ ਨਹੀਂ ਇਹਦਾ ਤਾਂ ਚਲ 1 ਮਿੰਟ ਸੋਡਾ ਜਿਵੇਂ ਹਨਾ ਤੁਸੀਂ ਚੱਲ ਲਾਈਵ ਕਰੀ ਜਾਂਦੇ ਹੋ ਹੋਰ ਇਥੇ ਯਾਰ ਹਰ ਇੱਕ ਦੇ ਲਾਈਵ ਤਾਂ ਹਰ ਇੱਕ ਦੇ ਤਾਂ ਚੱਲੀ ਜਾਂਦਾ ਫੋਨ ਤੇ ਕਿਹਦਾ ਤੁਸੀਂ ਫੋਨ ਫੜੋਗੇ ਕਿਹਨੂੰ ਰੋਕੋਗੇ 42 ਪਿੰਡ ਹੈ 42 ਪਿੰਡਾਂ 'ਚ ਕਿਹਦੇ ਜਾ ਕੇ ਤੁਸੀਂ ਕਿਹਦੇ ਫੋਨ ਫੜੋਗੇ ਹਾਲ ਤਾਂ ਤੁਹਾਡਾ 42 ਪਿੰਡਾਂ 'ਚ ਹੀ ਇਹ ਹੋਣਾ ਇਕੱਲੇ ਫੂਲ 'ਚ ਨਹੀਂ 42 ਦੇ 42 ਪਿੰਡਾਂ 'ਚ ਤੁਹਾਡਾ ਹਾਲ ਇਹ ਹੋਣਾ ਜਾ ਕੇ ਉੱਥੇ ਕਿਹਦੇ ਦੇ ਪਰਚੇ ਦਿਓਗੇ ਐਂ ਵੋਟਾਂ ਮਿਲਣਗੀਆਂ ਸਾਰੀ ਵੀ ਸਿਆਸਤ ਦੇ ਵਿੱਚ ਇੱਕ ਨਾਲ ਸਿਆਸਤ ਦਾ ਹਿੱਸਾ ਹੈ ਜੇ ਪ੍ਰੈਸ ਨਾ ਹੋਵੇ ਤਾਂ ਸਾਰਾ ਢਾਂਚਾ ਬਾਂਚਾ ਖਰਾਬ ਹੋ ਜਾਂਦਾ ਜਿਹੜੀਆਂ ਗਲਤ ਗੱਲਾਂ ਉਹ ਲੋਕਾਂ ਦੇ ਵਿੱਚ ਨਹੀਂ ਆਉਂਦੀਆਂ ਸੋ ਪ੍ਰੈਸ ਆਪਣੀ ਡਿਊਟੀ ਨਿਭਾਉਂਦਾ ਸਿਆਸਤਦਾਨਾਂ ਨੇ ਆਪਣੀ ਨਿਭਾਉਣੀ ਹੈ ਅਫਸਰਾਂ ਨੇ ਆਪਣੀ ਨਿਭਾਉਣੀ ਹੈ ਕਿਸਾਨਾਂ ਨੇ ਜਾਂ ਵੋਟਰਾਂ ਨੇ ਆਪਣੀ ਨਿਭਾਉਣੀ ਹੈ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਗੁੰਡਾਗਰਦੀ ਹੈ ਗਨਮੈਨ ਤਾਂ ਬਿਲਕੁਲ ਨਹੀਂ ਡਿਊਟੀ ਬਣਦੀ ਕਿ ਪੱਤਰਕਾਰਾਂ ਤੋਂ ਫੋਨ ਖੋਣ